सिख चैनल देख रहे हैं सारिया संगतां नूं वाहिगुरु जी का खालसा वाहिगुरु जी की फतेह। अज असीं गोदा लखनौर साहिब पातशाह दसवीं जिथे कि भाई गुरबख्श सिंह जी ने 14 नवंबर तो पुकड़दा रखी है, अज उन्हां दे नाल असीं बैठे हैं। भाई साहब ने जो संगतां नूं अपील की सी कि 25 दसंबर नूं सारिया संगतां ने भी पुकड़दा रखनी है, वो उन्हां दे नाल सब तो पहले फतेह साहिब पाउंदे हैं। वाहिगुरु जी का खालसा खालसा वाहिगुरु वाहिगुरु जी फतेह। की भाई भाई साहब तुसीं संगतां नूं की कहना चाहुंदे? पहला मेरी सारी गुरु नानक नाम लेवा नूं फतेह, गुरु संगत नूं फतेह प्रवान होवे जी। वाहिगुरु जी का खालसा वाहिगुरु जी की फतेह। हाँ सिंगो, मैं इत्थे चढ़दी कला चा, उम्मीद करदा आप सब चढ़दी कला च होवोगे। सिख चैनल देख रही संगत नूं मैं बेनती करदा भाई हाथ जोड़ के, कल जो दास ने संगत नूं अपील कीती सी 25 दसंबर वास्ते ते 42 दिनां दी सालगिरह वास्ते, उहदे च देश विदेश तों बेअंत संगतां ने बड़ा भारी संजोग दित्ता है। मैनूं संजोग नहीं दित्ता, अपनी कौम नूं ते कौम दे संघर्ष नूं संजोग दित्ता है। उहदे वास्ते मैं रोम रोम करके संगत दा ऋणी हाँ। उम्मीद करता हाँ कि इस तों वध के होर साथ देणगियां। यूके दे विच बहुत भारी वड्डे वड्डे इकट्ठ कीते गए, जिहड़े मेरे कन्नां 'च आवाज़ पाई वाहिगुरू सिमरन दी। कनेडा 'च, अमरीका 'च कोई ऐसी कंट्री है नहीं सी जिथे साडी अपील नहीं मन्नी। इत्थे हिंदुस्तान दे विच वी अमृतसर साहिब होर बड़े शहरां दे विच सिंघां ने प्रदर्शन भी किया, पुकड़तालां भी रखियां, हरियाणे 'च भी रखियां। इत्थे भी कल सारा दिन कीर्तन चलदा रहा, सारिया सिंघां ने पुकड़ताल रखी है। ते सो मैं बेनती करदा भाई इत्थे साडे गुरप्रीत सिंह गुरी वल्लों, बाकी आ जिहड़े सिंघ ने मेरे नाल 6-7 सिंघ जिहड़े पक्के रहिंदे आ, ते निमाणे वल्लों आप जी दा रोम रोम असीं ऋणी आ, धन्नवाद करदे आ। कृपा करियो, अरदासा करियो, सतगुरु मेरी निभ जाए। इको ही गल है भी जोत सदा जगती रहे, ये बनता बनता तेल पाते रहे। जी भाई साहब तुसीं भाई गुरबख्श सिंह दे नाल रहिंदे, तुसीं सेवा करदे उहनां दी, ਤੁਸੀਂ 25 ਦਸੰਬਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ 25 ਦਸੰਬਰ ਸਾਰੀ ਦੇਸ਼ ਵਿਦੇਸ਼ ਇੰਡੀਆ ਦੇ ਵਿੱਚ ਸਾਰੀ ਸੰਗਤ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਵੀ ਭਾਈ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਜੀ, ਆਪਣੀ ਕੌਮ ਦਾ ਸਾਥ ਦਿੱਤਾ ਜਾਵੇ, ਸਿੰਘਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸੰਗਤ ਅੱਗੇ ਵੀ ਉਹ ਜ਼ਰੂਰ ਵੱਧ ਤੋਂ ਵੱਧ ਸਾਥ ਦੇਣਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜੋ ਸੰਗਤਾਂ ਨੇ ਕੱਲ 25 ਦਸੰਬਰ ਨੂੰ ਸੰਗਤਾਂ ਨੇ ਸਹਿਯੋਗ ਦਿੱਤਾ ਭਾਈ, ਜੋ ਭਾਈ ਸਾਹਿਬ ਨੇ ਅਪੀਲ ਕੀਤੀ ਸੰਗਤਾਂ ਨੂੰ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦਾ ਬੜਾ ਧੰਨਵਾਦ ਕਰਨੇ ਆ। ਸੰਗਤਾਂ ਨੇ ਬਹੁਤ ਪ੍ਰੇਮ ਨਾਲ ਜੋ ਉਹਨਾਂ ਵਚਨ ਕੀਤਾ ਸੀ ਉਸ ਵਚਨ ਤੇ ਸੰਗਤਾਂ ਨਾਮ ਵੀ ਜਪਿਆ ਹੈ, ਤੇ ਸੰਗਤ ਨੇ ਬਹੁਤ ਸਾਥ ਦਿੱਤਾ ਹੈ, ਉਹਨਾਂ ਦਾ ਮੈਂ ਧੰਨਵਾਦ ਕਰਨਾ ਵਾਂ। ਮਹਾਰਾਜ ਕਿਰਪਾ ਕਰੇ ਉਹਨਾਂ 'ਤੇ, ਇਸ ਤਰ੍ਹਾਂ ਸੰਯੋਗ ਦੇਣ ਜੇ ਸਰਕਾਰਾਂ ਨੂੰ ਵੀ ਕੋਈ ਸੁਣਿਆ ਜਾਏ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਗੁਰੂ ਜੀ ਜੋ ਭਾਈ ਸਾਹਿਬ ਨੇ 25 ਦਸੰਬਰ ਨੂੰ ਸੰਗਤਾਂ ਨੂੰ ਅਪੀਲ ਕੀਤੀ ਸੀ ਭੁੱਖ ਹੜਤਾਲ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਤਾਂ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਵੀ ਵੀਰਾਂ ਭੈਣਾਂ ਨੇ ਬੰਦੀ ਸਿੰਘਾਂ ਨੂੰ ਸਮਰਪਿਤ ਹੋ ਕੇ ਭਾਈ ਸਾਹਿਬ ਦੀ ਅਪੀਲ ਦੇ ਉੱਪਰ ਭੁੱਖ ਹੜਤਾਲ ਰੱਖੀ ਸੀ, ਅਤੇ ਸਾਨੂੰ ਕਾਫੀ ਜਗ੍ਹਾ ਤੋਂ ਜਿਹੜੇ ਵਟਸਐਪ ਮੈਸੇਜ ਵਗੈਰਾ ਜਾਂ ਉਹਨਾਂ ਨੇ ਆਪਣੀਆਂ ਫੋਟੋਆਂ ਭੇਜੀਆਂ ਹੈਗੀਆਂ, ਅਤੇ ਅਸੀਂ ਉਹਨੂੰ ਬਹੁਤ ਛੇਤੀ ਪੇਜ ਦੇ ਉੱਪਰ ਪਾਵਾਂਗੇ, ਅਤੇ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਆ
जिन्हां ने बंदी सिंघां नूं समर्पित हो के जिहड़ी है भुख हड़ताल रखी है जी। ਅਸੀਂ ਸਿੱਖ ਚੈਨਲ ਵਾਲਿਆਂ ਤੁਹਾਡੇ ਸਾਰਿਆਂ ਜਿੰਨੇ ਤੁਸੀਂ ਸੇਵਾ ਕਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਸਿੱਖ ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ, ਕਿਉਂਕਿ ਜਿਹੜਾ ਭਾਈ ਸਾਹਿਬ ਦੀ ਆਵਾਜ਼ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਰਿਹਾ ਜੀ। ਵਾਹਿਗੁਰੂ ਜੀ ਕਾ ਵਾਹਿ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜੋ ਕੱਲ 25 ਦਸੰਬਰ ਨੂੰ ਸੰਗਤਾਂ ਨੂੰ ਭੁੱਖ ਨਾ ਰੱਖੀ ਸੰਗਤਾਂ ਨੇ ਭਾਈ ਗੁਰਬਖਸ਼ ਸਿੰਘ ਨੇ ਅਪੀਲ ਕੀਤੀ ਸੀ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? 25 ਦਸੰਬਰ ਜੋ ਭਾਈ ਸਾਹਿਬ ਨੇ ਅਪੀਲ ਕੀਤੀ ਹੈ ਉਸ ਵਿੱਚ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਹੋਰ ਇਹੀ ਕਿ ਉਮੀਦ ਹੈਗੀ ਸੰਗਤ ਹੋ ਕੇ ਵੱਧ ਤੋਂ ਵੱਧ ਹੋਰ ਭਾਈ ਸਾਹਿਬ ਦਾ ਸਾਥ ਦੇਣ, ਇਸ ਕਰਕੇ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਦਾ, ਵੱਧ ਤੋਂ ਵੱਧ ਜਿੰਨੀ ਤੋਂ ਹੋ ਸਕੇ ਸਾਰੀ ਸੰਗਤ ਇੱਥੇ ਪਹੁੰਚੇ, ਇਹਨਾਂ ਦਾ ਉਤਸ਼ਾਹ ਸੋ ਵਧੇਗਾ, ਇਹਨਾਂ ਦਾ ਹੋਰ ਸਾਥ ਦੇਣਾ ਚਾਹੀਦਾ। ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੀ ਤੋਂ ਘਰ ਭਾਵੇਂ ਆਪਣੇ ਸਾਰੇ ਘਰ ਬੈਠ ਕੇ ਨਾਮ ਜਪਣ, ਅਰਦਾਸਾਂ ਕਰਨ, ਭਾਈ ਸਾਹਿਬ ਦੀ ਦੇਹ ਰੋਗਤਾ ਲਈ ਕਰਨ, ਸਿੱਖ ਪੰਥ ਲਈ ਕਰਨ, ਤਾਂ ਕਿ ਜਿਹੜੇ ਸਾਡੇ ਜਿਹੜੇ ਮੁਖੀ ਹੈਗੇ ਨੇ ਜਿਨ੍ਹਾਂ ਦੇ ਕੰਨ ਬੰਦ ਹੋ ਚੁੱਕੇ ਨੇ ਇਸ ਵਕਤ, ਉਹਨਾਂ ਦੇ ਕੰਨ ਖੁੱਲ੍ਹਣ, ਤਾਂ ਕਿ ਸਿੱਖ ਕੌਮ ਨੂੰ ਅੱਗੇ ਵਾਧਾ ਲਿਆਉਣ ਵਾਸਤੇ ਬੜਾ ਵੱਡਾ ਉਪਰਾਲਾ ਕਰ ਰਹੇ ਨੇ ਭਾਈ ਸਾਹਿਬ। ਮੈਂ ਕਹਿੰਦਾ ਸਾਰੀ ਸਿੱਖ ਕੌਮ ਨੂੰ ਇਹ ਉਪਰਾਲੇ ਵਿੱਚ ਹਿੱਸਾ ਪਾਉਣਾ ਚਾਹੀਦਾ ਵੈ। ਹੋਰ ਕਈ ਕਾਰਨ ਹੈਗੇ ਨੇ ਜਿਨ੍ਹਾਂ ਕਰਕੇ ਸਿੱਖ ਕੌਮ ਬੜੀ ਪਿੱਛੇ ਜਾ ਰਹੀ ਹੈ, ਇਹ ਉਪਰਾਲਾ ਬਹੁਤ ਵੱਡਾ ਉਪਰਾਲਾ ਹੈਗਾ। ਮੈਂ ਤਾਂ ਕਹਿੰਦਾ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਾਥ ਦੇਣ, ਇਹਨਾਂ ਦਾ ਉਤਸ਼ਾਹ ਵਧਾਉਣ, ਹੋਰ ਕਈ ਕਾਰਨਾਂ ਵਿੱਚ ਭਾਈ ਸਾਹਿਬ ਬਹੁਤ ਅੱਗੇ ਸਾਨੂੰ ਸਾਥ ਦੇਣਗੇ। ਮੈਂ ਤਾਂ ਇਹੀ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਪਿਆਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿੱਦਾਂ ਭਾਈ ਗੁਰਬਖਸ਼ ਸਿੰਘ ਜੀ ਨੇ 25 ਦਸੰਬਰ ਨੂੰ ਸੰਗਤਾਂ ਨੂੰ ਅਪੀਲ ਕੀਤੀ ਸੀ ਭੁੱਖ ਹੜਤਾਲ ਬਾਰੇ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਭ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਸਿੰਘ ਜੋ ਇੱਥੇ ਰਹਿੰਦੇ ਹਾਂ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਅਤੇ ਇਹਨਾਂ ਸਮੁੱਚੇ ਬੰਦੀ ਸਿੰਘਾਂ ਵੱਲੋਂ ਅਤੇ ਹੋਰ ਸਾਰੀ ਸਮੂਹ ਸੰਗਤ ਵੱਲੋਂ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਇਹਨਾਂ ਬੰਦੀ ਸਿੰਘਾਂ ਨੂੰ ਸਮਰਪਿਤ ਹੋ ਕੇ ਭੁੱਖ ਹੜਤਾਲ ਰੱਖੀ ਸੀ ਆਪਣੇ ਕੌਮ ਖਾਤਰ, ਜਿਨ੍ਹਾਂ ਸਿੰਘਾਂ ਨੇ ਭੁੱਖ ਹੜਤਾਲ ਰੱਖੀ ਸੀ, ਅਸੀਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਇਹੀ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਆਪਣੇ ਪੰਥ ਦਾ, ਕੌਮ ਦਾ ਦਰਦ ਸਮਝਦੇ ਹੋਏ ਇਸੇ ਤਰ੍ਹਾਂ ਆਪਣੀ ਕੌਮ ਦਾ ਸਾਥ ਦਿੰਦੇ ਰਹਿਣਗੇ। ਅਤੇ ਹੋਰ ਵੀ ਸੰਗਤਾਂ ਨੂੰ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਜੇਕਰ ਕਿਸੇ ਦੇ ਨਾਮ ਤੋਂ ਜਲਨ ਕਰਦੇ ਹਨ ਤਾਂ ਕਿਰਪਾ ਕਰਕੇ ਇਹਨਾਂ ਬੰਦੀ ਸਿੰਘਾਂ ਨੂੰ ਸਮਰਪਿਤ ਹੋ ਕੇ, ਆਪਣੀ ਕੌਮ ਨੂੰ ਸਮਰਪਿਤ ਹੋ ਕੇ ਇਸ ਸੰਘਰਸ਼ ਦਾ ਸਾਥ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਂਟੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਨੂੰ ਜਿਨ੍ਹਾਂ ਨੇ ਕੱਲ੍ਹ ਭੁੱਖ ਹੜਤਾਲ ਰੱਖੀ ਸੀ, ਦੇਸ਼ ਦੀ ਵਿਦੇਸ਼ ਦੀ ਸੰਗਤਾਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ। ਅਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਜਿਹੜੀ ਜੰਮੂ ਦੀ ਸੰਗਤ ਨੇ ਕੱਲ੍ਹ ਇੱਕ ਕੈਂਡਲ ਮਾਰਚ ਕੱਢਿਆ ਸੀ, ਉਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਕਿ ਸ਼ਾਮ 7 ਵਜੇ ਨਿਕਲਿਆ ਸੀ, ਇੰਨੀ ਠੰਡ ਦੇ ਵਿੱਚ 200 ਤੋਂ 250 ਯੂਥ, ਜਿਹੜਾ ਕਿ 5 ਕਿਲੋਮੀਟਰ ਦੇ ਕਰੀਬ ਰਸਤਾ ਸੀ ਜਿਹੜਾ ਉਹਨਾਂ ਤੈਅ ਕੀਤਾ, ਉਹਨਾਂ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਆਪਣੇ ਵੱਲੋਂ ਅਤੇ ਭਾਈ ਸਾਹਿਬ ਵੱਲੋਂ ਜਿੰਨੇ ਕਿਤੇ ਸੇਵਾਦਾਰ ਹੈਗੇ ਉਹਨਾਂ ਸਾਰਿਆਂ ਵੱਲੋਂ। ਅਤੇ ਇਸ ਤੋਂ ਇਲਾਵਾ ਹੋਰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਸਿਰਫ ਇੱਕ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਅਸੀਂ ਇਸ ਮੋਰਚੇ ਨੂੰ ਵੱਧ ਤੋਂ ਵੱਧ ਇਸ ਮੋਰਚੇ 'ਤੇ ਪੁੱਜ ਕੇ ਮੋਰਚੇ ਨੂੰ ਫਤਿਹ ਕਰੀਏ ਅਤੇ ਸਰਕਾਰਾਂ ਨੂੰ ਹਿਲਾਈਏ ਕਿ ਸਰਕਾਰਾਂ ਜਿਹੜੀ ਸੁੱਤੀਆਂ ਪਈਆਂ ਨੇ, ਹਿੰਦ ਸਰਕਾਰ ਜਿਹੜੀ ਸੁੱਤੀ ਪਈ ਹੈ ਉਹਨੂੰ ਹਿਲਾਈਏ ਕਿਸੇ ਤਰ੍ਹਾਂ। ਅਤੇ ਆਪਾਂ ਇਸ ਸੰਗਤਾਂ ਨੂੰ ਇਹ ਬੇਨਤੀ ਕਰਾਂਗੇ ਕਿ ਪਲੀਜ਼ ਤੁਸੀਂ ਵੀ ਇਸ ਮੋਰਚੇ ਨੂੰ ਸਪੋਰਟ ਕਰੋ, ਇੱਥੇ ਆਓ, ਭਾਈ ਸਾਹਿਬ ਜੋ ਹੈ ਦੀ ਹਾਲਤ ਬਹੁਤ ਨਾਜ਼ੁਕ ਹੋ ਜਾ ਰਹੀ ਹੈ। ਇਸ ਤੋਂ ਇਲਾਵਾ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।